अस्सलाम वालेकुम। और आज हम काटेंगे सब्ज़ी। सबसे पहले तो रखते हैं जी प्याज, जिसको बारीक बारीक चॉप किया हुआ है मेरी अम्मा जान ने। हैं वो भी देख लेते हैं, जिस तरह अग्गे पकाते हो उस तरह पकाने। और ये है जी टिंडे। कईयों के टिंडे जैसे नाक होते हैं, बट ये पकाने वाले हैं। आगे डबा डकटे आई ना ना कटो जरा। जैसे पता तो कि कदम बनाया है, देख लेते हैं देख लेते हैं। ये देखो, ये है मिर्च, ये फार्मी मिर्च है जी, जो कि ज़रा भी कड़वी नहीं और मोटी मोटी है मेरे जैसी। और जी ये आ की आ पक्या टीना नहीं है जरा, आ जड़ा आ तो पक्के ही लगता है। आ देखता पोले जाए कि सख्त पिंडा टिंडा कटिंग ऐसी होती है, बिल्कुल बारीक बारीक नहीं काटने, डकरों की काटने हैं जो सालन में घुले ना। और ये पड़ा है हमारा मिल्क शेक, जो बहुत ही ठंडा था और मैंने अब ज़रा गर्म होने के लिए रखा है, ठीक है। और क्या है जी, क्या है यहाँ पे हमारे पास, और मैं हूँ। अच्छा मोटा सारे कटे पता नहीं, छोटे छोटे टुकड़े से गए मैं कट दिए। और ये फुल मॉल देखें ज़रा, ये है हमारे प्याज। आप प्याज ही फार्मी है कि एवं ही बस फार्मी से ਉਹ ਕਿੱਦਾਂ ਦਾ ਹੁੰਦਾ? 100 ਦੇ 10 ਕਿਲੋ ਜਿਹੜਾ ਲਿਆ ਸੀ, 10 ਰੁਪਏ ਕਿਲੋ ਵਿੱਚੋਂ ਗਲੇ ਨਿਕਲਦੇ ਸੀਗੇ। ਗਲੇ ਨਿਕਲਣ ਦਾ ਫਾਰਮ ਹੀ ਹੁੰਦੇ ਮੋਟੇ ਮੋਟੇ ਹੋਰ ਤਰ੍ਹਾਂ ਦੇ। ਉਹਨਾਂ ਦਾ ਹਜ਼ਾਕਾ ਵੀ ਇੱਦਾਂ ਦੀ ਹੋਣਾ ਹੈ। ਇਹ ਇਹ ਕਿਹੜੇ ਦੇਸੀ ਹੈ? ਦੇਸੀ ਹੈ। ਅੱਛਾ ਜਿਹੜੇ ਆਪਣੇ ਉਤਰੇ ਸੀ ਉਹ ਕਿੱਥੇ ਗਏ? ਉਹ ਵੀ ਵਿਖਾ ਲਿਆ ਕਿ 2-3 ਕਿਲੋ ਸੇ ਥੋੜ੍ਹਾ ਕੰਡਾ ਵੱਡੀ ਖਰਾੜੀਆਂ ਉਹ ਵੀ ਦੇ ਕੇ ਅਸੀਂ ਰੱਖਿਆ। ਆਹੋ ਉਹ ਵੀ ਦੇ ਕੇ ਗਏ ਸੀ। ਉਹ ਵੀ ਖਾ ਹਟੇ ਸੀ? ਉਹ ਵੀ ਖਾ ਹਟੇ ਸੀ। ਬਹੁਤ ਖਾਂਦੇ ਹਾਂ ਵੀ ਤੁਸੀਂ। ਛਿੜਕੇ ਤਰ੍ਹਾਂ ਤਾਂ ਰੱਖੀ ਹੈ ਵਿੱਚ, ਘੜੂੰ ਘੜੂੰ ਕਰੀ ਜਾਂਦੇ। ਅੱਛਾ ਜੀ, ਆ ਕਾਲੇ ਹੋਏ ਹੁੰਦੇ ਵਿੱਚ ਅੰਮੀਆਂ ਦੇਖ, ਇਹਦੇ ਹੀ ਹੋ ਜਾ। ਹਾਂ ਆ ਕਾਲੋ ਹੀ ਲੱਗੀ ਹੈ। ਦੇਖ ਤਾਂ ਸਹੀ ਕਿੱਦਾਂ ਕਾਲਾ, ਹੱਥ ਨੇ ਵੀ ਕਾਲੇ ਲੱਗ ਗਏ ਮੇਰੇ। ਹੁਣ ਪਿਆਜ਼ ਡਿੱਕ ਰੱਤਨ ਵਾਲੇ ਹੁੰਦੇ ਨਹੀਂ ਹੈ ਜਿੱਦਾਂ ਪਹਿਲੇ ਹੁੰਦੇ ਸੀ। ਅੱਖਾਂ 'ਚ ਪਾਣੀ ਨਿਕਲਦਾ ਹੁੰਦਾ। ਹਾਂ ਅੱਖਾਂ 'ਚੋਂ ਮਾੜਾ ਜਿਹਾ ਕਰਨਾ, ਅੱਖਾਂ 'ਚ ਫੱਕ ਫੱਕ ਪਾਣੀ ਜਾ ਹੀ ਗਿਆ। ਦੇਖੋ ਜੀ ਫੁੱਲੀ ਮੋਲ ਦੱਸਿਆ ਕਿੱਦਾਂ ਪਕਾਉਣੇ ਮੈਨੂੰ ਇੱਦਾਂ ਫਤ ਫਤ। ਉਹ ਵੀ ਦੇਖ ਲੈਤੇ ਹੈ, ਨੈੱਟ ਬੰਦ ਹੈ, ਬਿਜਲੀ ਬੰਦ ਹੈ, ਸੋ ਮੇਰਾ ਨਹੀਂ ਖਿਆਲ ਹੈ ਵੀ ਬਿਜਲੀ ਆਈ ਹੈ। ਅਵੇ ਨਹੀਂ ਆਈ, ਅਭੀ ਤਾਂ ਨਹੀਂ ਆਈ ਜੀ। ਇਹਦਾ ਨੈੱਟ ਨਾਲ ਕੀ ਕਨੈਕਸ਼ਨ ਹੈ? ਇਹਦਾ ਨੈੱਟ ਹੋਊਗਾ ਤਾਂ ਚੱਲੂਗਾ, ਨੈੱਟ ਤੋਂ ਚਲਾ ਲੈਣੀ ਸੀ ਵੀਡੀਓ, ਉਹ ਉੱਦਾਂ ਫਿਰ ਮੋਬਾਈਲ ਦੇ ਵਿੱਚ ਭਰਨੀ ਪੈਂਦੀ ਆ। ਮੈਂ ਕਿਸ ਤਰ੍ਹਾਂ ਜ਼ਰੂਰ ਦਿਖਾ ਲਈ ਪੌਦਾ, ਉਹ ਮੈਂ ਤਾਂ ਨਹੀਂ ਦਿਖਾ ਦਿੱਤਾ। ਅੱਛਾ ਐਸੇ ਜੀ ਹੈਗੇ ਬੇਵਫਾ ਆ, ਬੇਵਫਾ ਕੇ ਬੇਵਕੂਫ। ਇਹ ਦੇਖ ਜੀ ਅੰਮੀ ਜੀ, ਇੱਦਾਂ ਪੂਰੇ ਟਿੰਡੇ ਵਿੱਚ ਪਾ ਲਿਆ ਜਾਵੇ ਫਿਰ ਪੱਕ ਜੂ ਹੈ? ਘਰ 'ਤੇ ਜੱਬੂ ਅੱਗੇ ਰੱਖ ਦੇ, ਇਹ ਹੈ ਜੀ ਬੇਵਕੂਫ ਡੰਗਰ ਡਿਗਡਿੰਗ। ਵੈਸੇ ਵੱਡੇ ਵੱਡੇ ਟੱਕਰੇ ਕੱਟਦਾ ਮਾਂ ਜਾਂਦੀ ਸਵਾਰ। ਮਿਰਚੀ ਗਲੀ ਹੋਈ ਯਾਦ ਹੈ, ਇੱਕ ਤਾਂ ਮੱਖੀਆਂ ਨੂੰ ਪਤਾ ਨਹੀਂ ਕੀ ਮਿਰਚਾਂ ਲੱਗੀਆਂ, ਮੇਰੇ ਜ਼ਖਮ 'ਤੇ ਬੈਠੀ ਚੰਗੀਆਂ। ਉਹ ਤੁਹਾਡੇ ਤੇਲ ਲਾ ਲਾ, ਮਾਸੇ ਲੱਤਾਂ 'ਤੇ ਇਸ ਲੱਤਾਂ 'ਤੇ ਬਾ ਕਿੰਨੇ ਆ, ਦੋਨਾਂ 'ਤੇ ਬਹੁਤ ਆ। ਦੇਖ ਤਾਂ ਛੋਟਾ ਹੁੰਦਾ ਮੈਂ ਸੇਫਟੀਆਂ ਫੇਰਦਾ ਹੁੰਦਾ ਸੀ ਨਾ, ਬਗੈਰ ਤਾਂ ਨਾ ਹੋਵੇ ਉਸ ਮੈਨੂੰ ਕੀ ਪਤਾ ਸੀ।
ਉਧਰ ਨਹੀਂ ਹੋਰ ਰੋਸ਼ਨਦਾਨ ਹੁੰਦਾ ਸੀਗਾ, ਆਹ ਉਹਦੇ ਵਿੱਚ ਪਈਆਂ ਹੁੰਦੀਆਂ ਸੀ, ਉਹ ਮੈਂ ਚੱਕ ਕੇ ਲੱਤਾਂ 'ਤੇ ਫੇਰਨ ਲੱਗ ਪਈ। ਹਾਂ ਹੁਣ ਬੱਚੇ ਆਪਣੇ ਨਸੀਹਤ ਕਦਮ ਉਹਨਾਂ ਨਾਲ ਫੇਰਨ ਲੱਗ ਪਣ ਕਿੱਦਾਂ ਲੱਤਾਂ। ਮੈਨੂੰ ਕਿਹੜਾ ਕੀਤੀ ਸੀ ਕਿਸੇ ਨੇ, ਕਿੰਨੀਆਂ ਕਾਲੀਆਂ ਲੱਤਾਂ ਨਾਲ ਬੁਰੀਆਂ ਲੱਗਦੀਆਂ ਵਿੱਚੋਂ ਤਾਂ ਚਿੱਟੀਆਂ ਹੀ ਆ, ਚਿੱਟੀਆਂ ਦੇਣੀਆਂ ਨਹੀਂ ਵਿੱਚ ਚਿੱਟੀਆਂ ਤਾਂ ਆ ਦੇ ਤਾ ਆਹ। ਸਵਾ ਹੁਣਾਂ ਦੇ ਬਹੁਤ ਹੈ ਵਾਲ ਲੱਤਾਂ 'ਤੇ ਇਹਨਾਂ ਦੇ, ਸਾਡੇ ਖਾਨਦਾਨੀ ਵਾਲ। ਤੂੰ ਜਿਹੜੀ ਆ ਨਾ ਫੇਸ਼ੀਅਲ ਕਰਾ ਕੇ ਨਹੀਂ ਪਤਾ ਸਾਨੂੰ ਤੇਰਾ, ਉੱਥੇ ਸਵੇਰੇ ਇੱਕ ਪੈਂਪਰ ਵੀ ਆਇਆ ਸੀ ਪਤਾ ਨਹੀਂ ਕਿਹਦਾ, ਉਹ ਪੈਂਪਰ ਸਾ ਕਿ ਕੀ ਸੀਗਾ ਉਹ ਪੈਂਪਰ ਪਤਾ ਨਹੀਂ ਕੀ ਸੀ, ਉਹ ਪਤਾ ਨਹੀਂ ਕੀ ਪੋਲਾ ਪੋਲਾ ਜਿਹਾ ਸੀ। ਮੈਂ ਉਹਨੂੰ ਮੈਂ ਕਿਹਾ ਪਤਾ ਨਹੀਂ ਕਿਹਨੇ ਬਾਂਦਰੀਆਂ ਨੇ ਇੱਧਰ ਸੁੱਟਤਾ ਪੈਂਪਰ ਹੀ ਆ, ਉਹ ਹਵਾ ਨਾਲ ਕਿਤੇ ਉੱਡ ਕੇ ਆਇਆ ਕੋਠੇ ਤੋਂ ਕਿਤੇ, ਇੰਨਾ ਭਾਰਾ ਹੁੰਦਾ ਉੱਡ ਕੇ ਆ ਵਿੱਚ ਫੋਨ ਵਜਿਆ ਕੁਝ ਹੋਰ ਹੀ ਤਾਂ ਸਵਾ, ਮੈਂ ਤਾਂ ਕਦੇ ਦਾ ਫੋਨ ਪੈਂਪਰ ਹੁੰਦਾ ਦੇਖਿਆ ਨਹੀਂ। ये चिंडे अब इसके बाद क्या काटे जाएंगे, मिर्चें। सही हो गया, ये भी ठीक है जी। बत्ती आ गई, बत्ती आ गई, बत्ती आ गई, बत्ती आ गई, बत्ती आ गई। मेरा मोबाइल पर चार्ज, मेरा तेरा मोबाइल अभी तेरा सही में कर रहे हैं की ओन की होया बस हैगा एक मसला है ओदे रंग उड़े ਇਹ ਤਾਂ ਟੀਵੀ ਤੇ ਨਹੀਂ ਰੰਗ ਉੜੀ ਜਾਂਦੇ ਹੁੰਦੇ ਉਸ ਤਰ੍ਹਾਂ ਕਿ ਮੈਨੂੰ ਬਣਾ ਕੇ ਦੇ, ਮੈਂ ਪੁੱਤ ਤਿੰਨ ਕਿਸ਼ਤਾਂ ਦੇਣੇ ਉਹ ਦੇਖਾ ਦੇਂਗੇ, ਮਸਲਾ ਹੀ ਕੋਈ ਨਹੀਂ ਹੈ, ਉਹ ਮਸਲਾ ਹੀ ਕੋਈ ਨਹੀਂ ਜਨਾਬ। ਇੰਨੇ ਤੂੰ ਪੁੱਤ ਮਾਂ ਕੋ ਤਰਲੇ ਕਰਾਉਣਾ ਦੇ, ਉਹ ਕੁਛ ਨਹੀਂ ਹੁੰਦਾ, ਤਰਲੇ ਕਰਨੇ ਚਾਹੀਦੇ ਆ। ਸਬਜ਼ੀ ਬਣ ਕੇ ਤੇ ਮੇਰੀ ਹਾਂਡੀ ਪੱਕ ਗਈ, ਓਏ ਹੋਏ ਹੋਏ, ਇੰਨਾ ਇੰਨਾ ਹੁਸਨ ਹੁਸਨ ਹੈ ਨਾ ਵੀ ਮੇਰੇ ਉੱਤੇ, ਜੇ ਤਸਵੀਰ ਜ਼ਿਆਦਾ ਫਿਰ ਤੈਨੂੰ ਜ਼ਿਆਦਾ ਹੁਸਨ ਹੋ ਜਾਣਾ ਹੈ, ਤਸਵੀਰ ਜਦੋਂ ਦੇਖੋ ਫਿਰ ਜ਼ਿਆਦਾ ਹੁਸਨ ਹੋ ਜਾਣਾ। ਕਿਹਦਾ, ਉਹਦੀ, ਮੇਰੇ ਜ਼ਿਆਦਾ ਹੁਸਨ ਹੋ ਜਾਣਾ ਤਸਵੀਰ ਦੇਖ ਕੇ ਉਹਦੀ? ਨਹੀਂ ਨਹੀਂ ਤੈਨੂੰ ਹੁਸਨ ਹੋ ਜਾਣਾ ਵੀ ਇੰਨੀ ਸੋਹਣੀ ਆ। ਚੱਲ ਬੜੀ ਇਹ ਕਿਹੜੀ ਤਸਵੀਰ ਆ ਜੀ, 2000 ਦੇ ਕੇ ਲਿਆਉਣੀ ਆ। ਕਈਆਂ ਕੋਲ ਪੁੱਛਿਆ ਮੈਂ, ਕਹਿੰਦੇ ਨਹੀਂ ਵੱਡੀ ਦੇਈਦੀ ਸੀ, ਕਿਉਂ ਨਹੀਂ ਦੇਈਦੀ, ਚੁੱਪ ਕਰਕੇ ਰਹਿ ਤੇਰੇ ਪੇਨ ਉੱਥੇ ਮੂੰਹ 'ਚ ਚੱਲ, ਓਏ ਚੁੱਪ ਕਰ ਜਾਓ ਤੁਸੀਂ ਪੇਨ। ਓਕੇ ਜੀ, ਅੱਜ ਕੇ ਲਈ ਇਤਨਾ ਹੀ, ਵਲੌਗਿੰਗ ਐਂਡ।